ਆਦਰ ਵੀਰੋ, ਬਿਜਲੀ ਦੇ ਬਿੱਲ ਜਿਹੜੇ ਫੂਕ ਰਹੇ ਆ ਜੀ, ਇੰਨੇ ਜ਼ਿਆਦਾ ਬਿੱਲ ਜਿਹੜੇ ਆ ਗਏ ਆ ਜੀ ਬਿਜਲੀ ਦੇ, ਕਿ ਦੁਖੀ ਹੋ ਕੇ ਬਿੱਲ ਜਿਹੜੇ ਆ, ਜਿਹੜੇ ਪਰਿਵਾਰ ਨੇ ਸਾਰੇ, ਮੇਰੀਆਂ ਭੈਣਾਂ ਵੀਰ ਸਾਰੇ ਆ, ਬਿਜਲੀ ਦੇ ਬਿੱਲ ਫੂਕਦੇ ਜੀ, ਇਹ ਕਹਿੰਦੇ ਅਸੀਂ ਨਹੀਂ ਭਰਨਾ ਜੀ, ਸਰਕਾਰ ਕਰੇ ਕੀ ਕਰਨਾ ਜੀ, ਮੀਟਰ ਤਾਂ ਲੈ ਕੇ ਪੱਟ ਕੇ, ਇਸ ਤੋਂ ਬਾਅਦ ਹੋਰ ਕੀ ਕਰਨਗੇ ਜੀ। ਸੋ ਵੀਰੋ, ਇਹ ਹਾਲਤ ਹੈ ਜੀ, ਬਿਜਲੀ ਜਿਹੜੀ ਆ ਇੰਨੀ ਮਹਿੰਗੀ ਆ ਪੰਜਾਬ ਦੇ ਵਿੱਚ, ਹਰ ਬੰਦਾ ਦੁਖੀ ਹੈ ਜੀ।